हाँ जी, सत श्री अकाल। मैं कुलविंदर सिंह बराड़। मैं किरणदीप कौर। अज 19 फरवरी 2021 हाँ तरीक जी, आ, हाँ है जी। ना? ते दिन की अज वीर फ्राइडे। फ्राइडे आ। हाँ, हाँ जी, फ्राइडे अज दिन आ। हाँ जी, ते थोड़ी जी अज मैनू अद्धे क दिन की छुट्टी सी, हाँ जी, है वीडियो लगे बनाउणा सी। हाँ जी। ते अज असी मैं जानी खास करके पाई आ चिट्टी टी शर्ट। एदा की राज है टी शर्ट दा? एदा चिट्टी दा तेनू राज हजे पता नहीं है। नहीं, ਇਹ ਹੈਗੀ ਆ ਪੀਸ, ਹਾਂ, ਪੀਸਫੁਲ ਜਾਨੀ ਜਿਹੜੇ ਬੰਦੇ ਹੁੰਦੇ ਆ, ਸ਼ਾਂਤੀ ਦਾ ਪ੍ਰਤੀਕ ਸ਼ਾਂਤੀ ਦਾ ਪ੍ਰਤੀਕ। ਹਾਂ ਜੀ, ਹਾਂ, ਜਦੋਂ ਜੰਗ ਦੀ ਮੈਦਾਨ ਹੁੰਦਾ ਨਾ, ਇੱਥੇ ਤਾਂ ਕੋਈ ਜੰਗ ਦਾ ਮੈਦਾਨ ਨਹੀਂ ਨਹੀਂ ਹੋ ਰਿਹਾ ਕਿ ਗੱਲਾਂ ਦੀ ਜੰਗ ਹੋਊਗੀ। ਨਹੀਂ ਨਹੀਂ ਗੱਲਾਂ ਦੀ ਵੀ ਹੋਊਗੀ। ਜਦੋਂ ਜੰਗ ਦਾ ਮੈਦਾਨ ਹੁੰਦਾ, ਹਾਂ ਉਹਦੇ ਜੀ, ਵਿੱਚ ਚਾਹੇ ਚਿੱਟਾ ਰੁਮਾਲ ਹੋਵੇ, ਠੀਕ ਚਾਹੇ ਆ, ਚਿੱਟੀ ਪੱਗ ਹੋਵੇ, ਚਾਹੇ ਚਿੱਟੀ ਟੀ ਸ਼ਰਟ ਹੋਵੇ, ਚਾਹੇ ਚਿੱਟਾ ਝੰਡਾ ਹੋਵੇ, ਜੇ ਤੁਸੀਂ ਐ ਚਿੱਟਾ ਕੱਪੜਾ ਲਹਿਰਾਉਣ ਲੱਗ ਜਾਓ, ਠੀਕ ਆ, ਉਹਦਾ ਮਤਲਬ ਇਹ ਆ ਵੀ ਭਾਈ ਮੈਂ ਮੈਂ ਪੀਸਫੁਲ, ਨਹੀਂ, ਮੈਂ ਤਾਂ ਹਾਂ ਸ਼ਾਂਤੀ ਮੈਂ ਸ਼ਾਂਤੀ ਦਾ, ਭਾਵਨਾ। ਹਾਂ ਵੀ ਮੈਂ ਪੀਸਫੁਲ ਬੰਦਾ, ਮੈਂ ਨਹੀਂ ਕੋਈ ਅਟੈਕ ਕਰਨਾ, ਠੀਕ ਆ। ਠੀਕ, ਜਿਹੜੇ ਕਰਨਗੇ ਉਹ ਕੌਣ ਕਰਨਗੇ? ਜਾਂ ਤਾਂ ਸੰਤਰੀ, ਜਾਣੀ ਜਿਹੜਾ ਔਰੇਂਜ ਜਿਹਨੂੰ ਕਹਿ ਦਿੰਦੇ ਆਪਣਾ ਕੇਸਰੀ, ਠੀਕ ਆ, ਜੇ ਆਪਣੇ ਕੇਸਰੀ ਪੱਗ ਬੰਨੀ ਹੋਊਗੀ ਫੇਰ ਨਹੀਂ ਅਗਲੇ ਨੇ ਬਖਸ਼ਣਾ, ਜੇ ਆਪਣੇ ਨੀਲੀ ਪੱਗ ਬੰਨੀ ਹੋਊਗੀ ਫੇਰ ਨਹੀਂ ਅਗਲੇ ਨੇ ਬਖਸ਼ਣਾ। ਤੁਹਾਡਾ ਇਸ਼ਾਰਾ ਕਿੱਧਰ ਨੂੰ ਆ ਮੈਨੂੰ ਸਮਝ ਨਹੀਂ ਆ ਰਿਹਾ। ਇਸ਼ਾਰਾ ਇਹ ਆ ਵੀ ਜਿਹੜੀ ਉਦਣ ਲਾਲ ਕਿਲੇ ਤੇ ਜਿਹੜੀ ਦੀਪ ਸਿੱਧੂ ਨੇ ਨੀ ਚਿੱਟੀ ਪੱਗ ਬੰਨੀ ਹੋਈ ਸੀ, ਠੀਕ ਆ, ਹਾਂ, ਹੈ ਨਾ? ਉਹ ਵੀ ਸ਼ਾਂਤੀ ਦਾ ਸੰਦੇਸ਼ ਹੀ ਦੇ ਰਿਹਾ ਸੀ ਨਾ, ਕਿ ਸ਼ਾਂਤੀ ਦਾ ਸੰਦੇਸ਼ ਵੀ ਸੀ ਤੇ ਪਲੱਸ ਉਹਦੇ ਵਿੱਚ ਇਹ ਆ ਵੀ ਜਿਹੜੇ ਉਦੋਂ ਪਹਿਲਾਂ ਦਾ ਸਾਰੇ ਧਰਨੇ ਦੇ ਵਿੱਚ ਉਹ ਕੇਸਰੀ ਬੰਨਦਾ ਰਿਹਾ ਉਹ, ਠੀਕ ਆ, ਠੀਕ ਆ, ਆਪਣਾ ਦਸਤਾਰ ਵੀ ਤੇ ਗਲ ਦੇ ਵਿੱਚ ਵੀ ਪਾ ਕੇ, ਹੈ ਨਾ? ਤੇ ਜਿੱਦਣ ਜਾਣਾ ਸੀ ਲਾਲ ਕਿਲੇ ਤੇ ਉਦਣ ਉਹ ਕੱਲਾ ਹੀ ਜਾਣੀ ਚਿੱਟੀ, ਹਾਂ, ਉਹ ਬਹੁਤ ਮੈਨੂੰ ਵੀ ਅਜੀਬ ਜਿਹਾ ਲੱਗਿਆ ਕਿਉਂਕਿ ਚਿੱਟੀ ਪੱਗ ਬੰਨੀ ਕੇਸਰੀ ਨਿਸ਼ਾਨ ਸਾਹਿਬ ਆਪਾਂ ਲੈ ਕੇ ਗਏ ਤਾਂ ਉਹੀ, ਜਾਂ ਆਪਣਾ ਨੀਲੇ ਬਾਣੇ ਵਾਲਿਆਂ ਦੀ ਨੀਲੀ ਬੰਦ, ਹੈ ਨਾ? ਫੇਰ ਤਾਂ ਸੈਂਸ ਬਣਦੀ ਸੀ ਵੀ ਝੰਡਾ ਲਾਵਾ, ਠੀਕ ਆ, ਹੁਣ ਤਾਂ ਇਹ ਆ ਵੀ ਪੀਸਫੁਲ ਝੰਡਾ ਲਾਇਆ, ਠੀਕ ਆ, ਪੀਸਫੁਲ ਜਾਣੀ ਨਿਸ਼ਾਨ ਸਾਹਿਬ ਕਹਿ ਲੋ, ਹਾਂ, ਜਾਣੀ ਹਾਂ ਔਰੇਂਜ ਪੱਗ ਬੰਨ ਕੇ ਤੇ ਔਰੇਂਜ ਆਪਣਾ ਕੇਸਰੀ ਲਾਉਂਦਾ ਫੇਰ ਗੱਲ ਵੱਖਰੀ ਸੀ, ਫੇਰ ਨਜ਼ਾਰਾ ਸੀ। ਹੁਣ ਤਾਂ ਇਹ ਆ ਵੀ ਉਹ ਪੁਲਿਸ ਦੇ ਵਿੱਚ ਹਾਈਲਾਈਟ, ਕਿਉਂਕਿ ਸਾਰੀ ਪੁਲਿਸ ਨੂੰ ਤਾਂ ਪਤਾ ਨਹੀਂ ਵੀ ਦੀਪ ਸਿੱਧੂ ਕੌਣ, ਤਾਂ ਕਰਕੇ ਉਹ ਹਾਈਲਾਈਟ ਵੀ ਹੋ ਜੇ ਵੀ ਉਹ ਭਾਈ ਚਿੱਟੀ ਪੱਗ ਵਾਲਾ ਆਊਗਾ ਬੰਦਾ, ਉਹ ਆਪਣਾ ਹੀ ਆ, ਉਹਨੂੰ ਕੁਛ ਨਹੀਂ ਕਹਿਣਾ, ਉਹਨੂੰ ਨਗਾ ਦੇਣਾ, ਜਾਣੀ ਇਹ ਸਾਡਾ ਇੱਕ ਮੰਨਣਾ ਵਾ। ਹੋ ਸਕਦਾ ਸੀ ਗਲਤ ਹੋਈ, ਕਿਉਂਕਿ ਜਦੋਂ ਜੰਗ ਦੇ ਜਿਹੜੇ ਰੂਲ ਆ ਉਹ ਇਹੀ ਆ, ਠੀਕ ਆ, ਜਿਵੇਂ ਅਜੀਬ ਲੱਗਿਆ ਉਹਦੀ ਚਿੱਟੀ ਪੱਗ ਦੇਖ ਕੇ ਤਾਂ, ਹਾਂ, ਕਿਉਂਕਿ ਪਹਿਲਾਂ ਵੀ ਕਦੇ ਆਇਆ ਕਿ ਸ਼ਾਇਦ ਹੋ ਸਕਦਾ ਕਿ ਪਹਿਲਾਂ ਤਾਂ ਬੰਦਾ ਸ਼ੁਰੂ ਤੋਂ ਬੰਦਾ ਹੋਵੇ, ਫਿਰ ਤਾਂ ਸੈਂਸ ਬਣਦੀ, ਆਲ ਆਫ ਸਡਨ ਉਹਨੇ ਰੰਗ ਚੇਂਜ ਕਰ ਲਿਆ, ਹਾਂ, ਤੇ ਉਹ ਕੀ ਆ ਹਾਈਲਾਈਟ ਵੀ ਰਵੇ ਵਿੱਚ, ਪਤਾ ਲੱਗੇ ਵੀ ਉਹਦਾ ਜਿਹੜਾ ਉਹ ਆਊਗਾ ਉਹਨੂੰ ਉੱਤੇ ਨਗਾ ਦੇਣਾ। ਹੁਣ ਉਦਣ ਇੱਕ ਆਈ ਹੈ ਨਵੀਂ ਵੀਡੀਓ, ਉਹਦੇ ਵਿੱਚ ਇੰਨੀ ਪੁਲਿਸ ਖੜੀ ਆ ਪੌੜੀਆਂ ਤੇ, ਪਤਾ ਨਹੀਂ ਕਿਵੇਂ ਗਏ ਆ, ਫਿਰ ਵੀ ਸਟਿਲ ਉਹ ਇੰਨੇ ਬੈਰੀਕੇਡ ਸੀਗੇ ਉੱਥੇ, ਕੋਈ ਵੀ ਨਹੀਂ। ਚਲੋ ਇਹ ਸਾਡੇ ਇਹਦਾ ਹੋਰ ਮੁੱਦਾ, ਹੋਰ ਚੀਜ਼। ਅੱਜ ਤਾਂ ਅਸੀਂ ਗੱਲ ਕਰਨੀ ਆ ਬਈ, ਹਾਸੇ ਆ ਗਏ, ਹਾਸੇ ਆ ਗਏ, ਹੱਸਣਾ ਕਾਹਦਾ ਬੜਾ, ਲੈ ਇੱਕ ਛੰਤ ਜੀ ਪੇਜ ਦੀ ਅੱਜ ਅਸੀਂ ਮਸ਼ਹੂਰੀ ਕਰਨ ਲੱਗੇ। ਛੰਤ ਜੀ ਪੇਜ, ਠੀਕ ਆ, ਮਾਰਕੀਟ ਦੇ ਵਿੱਚ ਇੱਕ ਛੰਤ ਜੀ ਪੇਜ ਚੱਲਦਾ, ਹਾਂਜੀ, ਪਤਾ ਤੁਹਾਨੂੰ? ਦਿਖਾ ਵੀ ਦਿੰਦੇ ਆ, ਆਹ ਦੇਖੋ ਆ ਬਣਾਇਆ ਰਾਵਣ, ਜਾਨੀ ਢੰਡਰੀ ਵਾਲੇ ਬਾਬੇ ਨੂੰ ਰਾਵਣ ਬਣਾਇਆ ਹੋਇਆ, ਉੱਤੇ ਲਿਖਿਆ ਛੰਤ ਜੀ, ਹੈ ਜਾਨੀ ਆਹ ਪੇਜ ਚੱਲਦਾ। ਤੇ ਇਹਦੇ ਇਹ ਅਨਨੋਨ ਬੰਦਾ, ਇਹ ਨੀ ਪਤਾ ਕੌਂਕੀ ਨੇ ਬਣਾਇਆ, ਵੈਸੇ ਇਹ ਬੰਦਾ ਹੈ, ਨਹੀਂ ਨਹੀਂ ਇਹਦੇ ਤੇ ਸਾਡੀ ਆ ਚੱਲਦੀ ਆ ਇੱਕ ਵੀਡੀਓ, ਸਾਨੂੰ ਵੀ ਥੋੜੇ ਦਿਨ ਪਹਿਲਾਂ ਪਤਾ ਲੱਗਿਆ, ਹੈ ਇਹਦੇ ਉੱਤੇ ਲਿਖਿਆ ਹੋਇਆ ਉਹ ਤੁਹਾਡਾ ਭਲਾ ਹੋ ਜੇ, ਹੈ ਦੇਖਿਓ ਕਿਤੇ ਸਿੱਖੀ ਨੂੰ ਘਾਟਾ ਨਾ ਪੈ ਜੇ, ਹੈ ਬੰਦੇ ਕਿਤੇ ਸਿੱਖੀ ਤੋਂ ਦੂਰ ਨਾ ਚਲੇ ਜਾਣ, ਹੈ ਬਾਗੀ ਨਾ ਹੋ ਜਾਣ, ਇਹੋ ਜਿਹਾ ਕੁਛ ਉਹਤੇ ਲਿਖਿਆ। ਤੇ ਕਿਉਂਕਿ ਉਹਨਾਂ ਨੇ ਇੱਕ ਕਲਿੱਪ ਚਲਾਇਆ ਹੋਇਆ ਛੋਟਾ ਜਿਹਾ, ਹੈ ਤੁਹਾਡਾ ਭਲਾ ਹੋ ਜੇ, ਕਿਉਂਕਿ ਸਾਰਾ ਠੇਕਾ ਦਾ ਸਿੱਖੀ ਦਾ ਛੰਤ ਜੀ ਪੇਜ ਨੇ ਚੱਕਿਆ ਹੋਇਆ, ਤੇ ਉਹਦੇ ਜਿਹੜੇ ਕਮੈਂਟਰ ਆ ਉਹਨਾਂ ਨੇ ਚੱਕਿਆ ਹੋਇਆ ਛੰਤ ਜੀ ਪੇਜ ਵਾਲਿਆਂ ਨੇ, ਜਾਣੀ 1,25,000 ਬੰਦੇ ਦੇ ਵਿੱਚੋਂ, ਜਾਣੀ 1,25,000 ਸਿਆਣੇ ਬੰਦੇ ਦੇ ਵਿੱਚੋਂ ਛੰਤ ਜੀ ਪੇਜ ਦੇ ਕਿੰਨੇ ਆ, 500 ਬੰਦਾ ਆਇਆ, ਮੂਰਖ ਮਹਾਮੂਰਖ ਮੰਦ ਬੁੱਧੀ ਬੰਦਾ, ਫਰੀ ਦੇ ਸਲਾਹਕਾਰ ਕਹਿ ਸਕਦੇ ਆ, ਜਾਣੀ ਜਿਹੜੇ ਕਮੈਂਟ ਕਰਦੇ ਆ ਨਾ ਉੱਥੇ,
ਉਹ ਫ੍ਰੀ ਦੇ ਸਲਾਹਕਾਰ ਆ ਬਈ ਜੇ ਤੁਸੀਂ ਵੀ ਸਲਾਹ ਲੈਣੀ ਆ ਜੇ ਕਿਸੇ ਦੇ ਮੰਨ ਲਓ ਬੱਚਾ ਹੋਇਆ ਧੀ ਪੁੱਤ ਹੋਇਆ ਜੇ ਤੁਸੀਂ ਮੰਨ ਲਓ ਉਹਦਾ ਨਾ ਕਢਾਉਣਾ ਤੁਹਾਨੂੰ ਨਹੀਂ ਸੁੱਝਦਾ ਤਾਂ ਛੰਤ ਜੀ ਪੇਜ ਇੱਕ ਮਾਰਕੀਟ ਦੇ ਵਿੱਚ ਚੱਲਦਾ ਸਿੱਖਾਂ ਦਾ ਹੀ ਆ ਮੇਰੇ ਹਿਸਾਬ ਨਾਲ ਤਾਂ ਹੁਣ ਇਹ ਤਾਂ ਹੈ ਨੀ ਵੀ ਕੋਈ ਕਿਸੇ ਬਾਣੀਏ ਨੇ ਜਾਂ ਹਿੰਦੂ ਨੇ ਚਲਾਇਆ ਇਹ ਤਾਂ ਹੈ ਨੀ ਗਾ ਹੁਣ ਇਹ ਤਾਂ ਜ਼ਿਆਦਾ ਬੰਦੇ ਦੀ ਵੈਸੇ ਤਾਂ ਉਹ ਤਾਂ ਇਹਦੀ ਜੇ ਇਹਦਾ ਸਿੱਖਾਂ ਦਾ ਹੈਗਾ ਤਾਂ ਇਹਦੀ ਫੋਟੋ ਭਾਈ ਆਵੇ ਸਮਾਜ ਦੇ ਵਿੱਚ ਮੂਹਰੇ ਗੱਲ ਕਰਦੇ ਹੋ ਕਿ ਸਿੱਖਾਂ ਦਾ ਹੁਣੇ ਮੇਰੇ ਕੁਐਸਚਨ ਆਇਆ ਅੱਗੇ ਨਹੀਂ ਸੀ ਦਿਮਾਗ 'ਚ ਕਿ ਇਹ ਹੋ ਸਕਦਾ ਕੋਈ ਹੋਰ ਹੀ ਚਲਾ ਰਿਹਾ ਹੋਵੇ ਪਰ ਜੁੜੇ ਆਪਣੇ ਲੋਕ ਹੋਇਆ ਕਿ ਸ਼ਾਇਦ ਸਿੱਖਾਂ ਦਾ ਕਿਉਂਕਿ ਉਹ 'ਚ ਪੰਜਾਬੀ ਲਿਖੀ ਹੋਈ ਹਾਂ ਹੁਣ ਇਹ ਤਾਂ ਛੰਤ ਜੀ ਪੇਜ ਵਾਲਾ ਹੀ ਆ ਕੇ ਕਲੀਅਰ ਕਰ ਦਵੇ ਭਾਈ ਵੀ ਮੈਂ ਆ ਭਾਈ ਸਿੱਖ ਵੱਡਾ ਐਡਾ ਜਾਨੀ ਮੇਰਾ ਦਾੜਾ ਐਡਾ ਮੇਰਾ ਦਮਾਲਾ ਫੇਰ ਹੀ ਹੈ ਨਾ ਅਸਲੀ ਸਿੱਖ ਤਾਂ ਹੋਊਗਾ ਕਿਉਂਕਿ ਅੱਛਾ ਜਿਹੜੇ ਮੈਂ ਤਾਂ ਇਹ ਕਹਿੰਦੀ ਆ ਜਿਹੜੇ ਲੋਕ ਉਹ ਪੇਜ 'ਚ ਜੁੜ ਗਏ ਆ ਕਮੈਂਟ ਕਰ ਰਹੇ ਨੇ ਹਨਾ ਪਹਿਲਾਂ ਉਹ ਦੇਖਣ ਤਾਂ ਸਹੀ ਉਹ ਪੇਜ ਚਲਾ ਕੌਣ ਰਿਹਾ ਕਿਸੇ ਦੀ ਫੋਟੋ ਤਾਂ ਹੈ ਨੀਗੀ ਤੇ ਆਪਦੀ ਅਸਲੀ ਉੱਤੇ ਜਾ ਜਾ ਕੇ ਕਮੈਂਟ ਕਰ ਰਹੇ ਹੋ ਤੁਹਾਡਾ ਤਾਂ ਅਸਲੀ ਆ ਸਾਰਾ ਕੁਛ ਤੇ ਤੁਸੀਂ ਅੱਜ ਪੇਜ ਨੂੰ ਕਮੈਂਟ ਕਰ ਰਹੇ ਜਾਨੀ ਜਾਨੀ ਜਿਹੜੇ ਬੰਦਿਆਂ ਨੇ ਉਹ ਨਹੀਂ ਅੱਗੇ ਆਪਾਂ ਕਹਾਂ ਉਧਰ ਪੋਸਟ ਪਾਈ ਸੀ ਹਾਂ ਤੁਸੀਂ ਉਹ ਪੋਸਟ ਪਾਈ ਸੀਗੀ ਕਿ ਫੇਸਬੁੱਕ ਹੀ ਆ ਸਪੋਰਟ ਕੁਛ ਆਏ ਜੇ ਹਨਾ ਉਹ ਗੱਲ ਹੋ ਗਈ ਉਹ ਗੱਲ ਆ ਵੀ ਬੱਟ ਵੱਢ ਲੈਂਦਾ ਬੰਦਾ ਲਾਈਵ ਹੋ ਕੇ ਤੇ ਵੀ ਕਿ ਮੇਰੇ ਪਿੱਛੇ ਇੰਨੀ ਸਪੋਰਟ ਆ ਇੰਨੀ ਸਪੋਰਟ ਆ ਪਰ ਕਈ ਵਾਰੀ ਦੂਜੇ ਬੰਦੇ ਮੂਹਰੋਂ ਫੇਸਬੁੱਕ ਨਹੀਂ ਚਲਾਉਂਦੇ ਹੁੰਦੇ ਭਾਈ ਤਾਂ ਕਰਕੇ ਐਵੇਂ ਸ਼ੰਤ ਜੀ ਪੇਜ ਦੇ ਪਿੱਛੇ ਲਾ ਕੇ ਕਿ ਤੁਸੀਂ ਕਮੈਂਟ ਕਰ ਕੇ ਸ਼ੰਤ ਜੀ ਵਾਲੇ ਪੇਜ ਸਾਰੇ ਸਪੋਰਟ 500 ਬੰਦੇ ਜਿਹੜੇ ਹੈਗੇ ਨੇ ਇੱਕ ਦੂਜੇ ਦੀ ਸਪੋਰਟ ਕਰ ਰਹੇ ਸਪੋਰਟ ਕਰੋ ਤੇ ਮੁੜ ਕੇ ਹੁਣ ਅਸੀਂ ਤਾਂ ਹੁਣ ਆ ਦੇਖਿਆ ਤਾਂ ਅਸੀਂ ਤਾਂ ਇਹ ਨੋਟ ਕੀਤੀ ਉਹਦੇ ਵਿੱਚੋਂ ਗੱਲ ਵੀ 125,000 ਬੰਦਾ ਵੀਡੀਓ ਦੇਖ ਕੇ ਗਿਆ ਉਹ 1 ਮਿੰਟ ਦਾ ਕਲਿੱਪ ਉਹਦਾ ਹੋ ਗਿਆ ਸਿਆਣੇ ਜਿਨ੍ਹਾਂ ਨੇ ਕੁਛ ਨਹੀਂ ਕਿਹਾ ਉਹਦੇ ਵਿੱਚੋਂ 500 ਬੰਦਾ ਜਾਣੀ ਜਿਹੜੇ ਇੰਨੇ ਮਹਾਂਮੂਰਖ ਬੰਦੇ ਜਿਹਨੂੰ ਕਹਿ ਦਿੰਦੇ ਸ਼ੰਤ ਜੀ ਪੇਜ ਦੀ ਆਪਾਂ ਕਹਿ ਸਕਦੇ ਹਾਂ ਭੇਡਾਂ ਜਿਵੇਂ ਇਹਨਾਂ ਨੇ ਇੱਕ ਭੇਡਾਂ ਵਰਡ ਮਸ਼ਹੂਰ ਬਣਾਇਆ ਕਦੇ ਕਹਿੰਦੇ ਹਰਨੇਕ ਦੀ ਭੇਡ ਆ ਇਹ ਕਦੇ ਕਹਿੰਦੇ ਢੰਡਰੀਆਂ ਵਾਲੇ ਦੀ ਭੇਡ ਆ ਕਦੇ ਬੱਬੂ ਮਾਨ ਦੀਆਂ ਵੀ ਭੇਡਾਂ ਹੈਗੀਆਂ ਸਿੱਧੂ ਮੂਸੇਵਾਲੇ ਦੀਆਂ ਵੀ ਭੇਡਾਂ ਹੈਗੀਆਂ ਇਹ ਸ਼ੰਤ ਜੀ ਪੇਜ ਦੀਆਂ 500 ਭੇਡਾਂ ਮਤਲਬ ਇੱਕ ਬੰਦੇ ਨੇ ਨੈਗੇਟਿਵ ਕਮੈਂਟ ਕਰਤਾ ਤਾਂ ਸਾਰੇ ਲੱਗ ਗਏ ਉਹਦੇ ਮਗਰ ਕਿਸੇ ਨੇ ਸੁਣਿਆ ਵੀ ਨਹੀਂ ਵੀਡੀਓ 'ਚ ਕਿ ਕਹਿ ਕੀ ਰਿਹਾ ਬੰਦਾ ਮਤਲਬ ਕੀ ਉਹਦੇ ਪਿੱਛੇ ਲੌਜਿਕ ਕੀ ਆ ਗੱਲ ਦਾ ਉਹਦੇ ਵਿੱਚ ਬਸ ਜਿਉਂ ਲੱਗਿਆ ਅੱਛਾ ਆਪਾਂ ਅੱਗੇ ਵੀ ਦੇਖਿਆ ਕਿ ਇੱਕ ਕਮੈਂਟ ਚੰਗਾ ਆ ਗਿਆ ਤਾਂ ਝੜੀ ਲੱਗ ਜਾਣੀ ਆ ਭੇਡਾਂ ਦੇ ਚੰਗੇ ਕਮੈਂਟ ਮਾੜਾ ਆ ਗਿਆ ਤਾਂ ਮਾੜਿਆਂ ਦੀ ਝੜੀ ਲੱਗ ਜਾਣੀ ਕਿਉਂਕਿ ਜਦੋਂ ਜੇ ਮਾੜਾ ਆ ਗਿਆ ਉਦੋਂ ਬਾਅਦ ਕਹਿੰਦੀ ਹਿੰਮਤ ਨਹੀਂ ਨਾ ਉੱਥੇ ਜਾ ਕੇ ਵੀ ਚੰਗਾ ਕਮੈਂਟ ਪਾ ਦੇਵੇ ਕਿਉਂਕਿ ਮਾੜਿਆਂ ਨੇ ਉਹਨੂੰ ਢਾ ਲੈਣਾ ਇੰਨੀ ਇਕਾਤ ਵੀ ਨਹੀਂ ਹੈਗੀ ਮੁੜ ਕੇ ਵੀ ਉੱਥੇ ਚੰਗਾ ਬੰਦਾ ਪਾ ਦੇਵੇ ਅੱਛਾ ਗੱਲ ਇਹ ਆ ਕਿ ਚਲੋ ਉਹ ਤਾਂ ਕੋਈ ਵੀ ਵੀਡੀਓ ਉਹ ਨਹੀਂ ਕੋਈ ਮੈਟਰ ਨਹੀਂ ਕਰਦੀ ਗੱਲ ਪਰ ਮੈਟਰ ਇਹ ਕਰਦੀ ਆ ਤੁਸੀਂ ਵੀ ਜਾਇਓ ਸਾਰੇ ਉਹ ਪੇਜ ਤੇ ਜਾ ਕੇ ਉਹ ਵੀਡੀਓ ਵੀ ਦੇਖਿਓ ਵੀਡੀਓ ਤੇ ਕਮੈਂਟ ਵੀ ਦੇਖਿਓ ਕਮੈਂਟ ਜਿਨ੍ਹਾਂ ਨੇ ਕੀਤੇ ਉਹਨਾਂ ਦੀ ਫੋਟੋ ਵੀ ਪਲੀਜ਼ ਦੇਖਿਓ ਮਤਲਬ ਮੈਂ ਸ਼ੌਕਡ ਆ ਸਿਆਣੇ ਬਿਆਣੇ ਬੰਦੇ ਅਜਿਹੀਆਂ ਗੱਲਾਂ ਲਿਖ ਰਹੇ ਆ ਲਾਈਕ ਨਹੀਂ ਜੇ ਅਸੀਂ ਕੋਈ ਮਾੜੀ ਗੱਲ ਕਹਿ ਵੀ ਦਿੱਤੀ ਤੇ ਤੁਸੀਂ ਉਹ ਸਾਡੀ ਸੁਧਾਰੋ ਉਹਦੇ ਵਿੱਚ ਮੈਂ ਦੱਸ ਰਿਹਾ ਬਈ ਭਾਈ ਮੈਂ ਬਰਿਆੜ ਨਾ ਰੱਖ ਲੈਣਾ ਠੀਕ ਆ ਮੈਂ ਤੁਹਾਨੂੰ ਪੁੱਛਿਆ ਨੀ ਬਈ ਮੈਂ ਰੱਖ ਲਾਂ ਉਹ ਵੀ ਤਾਂ ਕਿ ਜੇ ਬਈ ਆਪਣਾ ਜੇ ਧਰਮ ਦੇ ਉੱਤੇ ਆਪਾਂ ਬੰਦਾ ਮਾਰਨ ਦੀ ਉਹ ਰੱਖਦੇ ਆ ਤਾਂ ਇਹ ਜੇ ਧਰਮ ਦੀ ਲੋੜ ਨਹੀਂ ਹੈ ਨਾ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਤੁਹਾਨੂੰ ਸ਼ੰਤ ਜੀ ਪੁੱਛਿਆ ਠੀਕ ਆ ਸ਼ੰਤ ਜੀ ਦੀਆਂ ਜਿੰਨੀਆਂ 500 ਭੇਡਾਂ ਜਿਹੜੀਆਂ ਕਰਕੇ ਗਈਆਂ ਉਹ ਉਹਨਾਂ ਨੂੰ ਮੈਂ ਪੁੱਛਿਆ ਨੀ ਵੀ ਮੈਂ ਉਹਦਾ ਨਾਂ ਕੀ ਰੱਖਾਂ ਜਦੋਂ ਮੈਂ ਤੁਹਾਨੂੰ ਆ ਕੇ ਪੁੱਛੂਗਾ ਵੀ ਭਾਈ ਮੈਂ ਨਾਂ ਬਦਲਣਾ ਮੈਂ ਉਹਦਾ ਗੋਤਾ ਰੱਖਣਾ ਤਾਂ ਉਦਣ ਮੈਨੂੰ ਕਮੈਂਟ ਕਰਿਓ ਵੀ ਭਾਈ ਆਹ ਰੱਖ ਲਾ ਤਾਂ ਮੈਂ ਤੁਹਾਨੂੰ ਕਹਿੰਦਾ ਤੁਸੀਂ ਹੈਗੇ ਫ੍ਰੀ ਦੇ ਸਲਾਹਕਾਰ ਠੀਕ ਆ ਤੁਹਾਡੇ ਤੋਂ ਕੋਈ ਬੰਦਾ ਸਲਾਹ ਨਹੀਂ ਮੰਗਣ ਆਇਆ ਠੀਕ ਆ ਨਹੀਂ ਪਹਿਲਾਂ ਤਾਂ ਤੁਸੀਂ ਸਾਡੀ ਵੀਡੀਓ ਚੋਰੀ ਕਰੀ ਹਨਾ ਚੋਰੀ ਕਰਕੇ ਕਾਪੀ ਕਰਕੇ ਆਪਦਾ ਪੇਜ ਚਲਾ ਰਹੇ ਹੋ ਆਪਦਾ ਕੁਝ ਲੈ ਕੇ ਆਓ ਨਾ ਜੇ ਤੁਹਾਡੇ 'ਚ ਹੈਗਾ ਪੋਟੈਂਸ਼ੀਅਲ ਆਪਦਾ ਕੁਝ ਕੱਢੋ ਆਪਣੇ ਧਰਮ ਨੂੰ ਗੁੱਡ ਸਾਈਡ ਤੇ ਲੈ ਕੇ ਜਾਓ ਸੇਧ ਦਿਓ ਲੋਕਾਂ ਨੂੰ ਉਹ ਆਪਾਂ ਦਬਾਉਨੇ ਆ ਗਾ ਚੱਲ ਕੇ ਕੋਈ ਨਹੀਂ ਇਹਨਾਂ ਤੋਂ ਦਬਾਉਨੇ ਇਹਨਾਂ ਤੋਂ ਬਿਆਨ ਆਪਾਂ ਕੋਈ ਨਹੀਂ ਇਹੋ ਜੀ ਗੱਲ ਨਹੀਂ ਵਧੀਆ ਦੱਸੋ ਪੇਜ 'ਚ ਤੁਸੀਂ ਚਲਾ ਰਹੇ ਹੋ ਆਪਣੀਆਂ ਗੱਲਾਂ ਬਾਤਾਂ ਲੈ ਕੇ ਆਓ ਕੁਝ ਰੱਖੋ ਤਾਂ ਸਹੀ ਇਹ ਕਿ ਅੱਧੀ ਕੋਹਦੀ ਗੱਲ ਫੜ ਲਈ ਅੱਧੀ ਕੋਹਦੀ ਫੜ ਲਈ ਤੇ ਐਂ ਪੇਸ਼ ਕਰਤੀ ਮੈਂ ਪਹਿਲਾਂ ਵੀ ਕਿਹਾ ਕਿ ਪੂਰੀ ਸੱਚਾਈ ਤਾਂ ਪਤਾ ਲੱਗੇ ਹੀ ਜਾਂਦੀ ਹੈ ਕਿਸੇ ਨਾ ਕਿਸੇ ਦਿਨ ਹੁਣ ਆਹ ਵੀਡੀਓ ਦਾ ਜਿਹੜਾ ਕਲਿੱਪ ਪਾਇਆ ਪੂਰੀ ਵੀਡੀਓ ਸਾਡੇ ਤੋਂ ਲੈ ਲਓ ਫੇਰ ਉਹ 'ਚੋਂ ਦੱਸੋ ਕਿ ਗਲਤ ਕੀ ਆ ਜਿੱਥੇ ਮਰਜ਼ੀ ਲੈ ਜਾਓ ਕੋਈ ਜੇ ਸਾਡੀ ਵੀਡੀਓ 'ਚੋਂ ਕੁਛ ਗਲਤ ਲੱਭ ਦੇਵੇ ਤਾਂ ਜਿੰਨੇ ਆ ਕਮੈਂਟਰ ਵੀ ਨੇ ਉਹ ਸਿਆਣੇ ਬਿਆਣੇ ਬੰਦੇ ਆ ਰੀਅਲੀ ਪਲੀਜ਼ ਉਹਨਾਂ ਦੀ ਸ਼ਕਲਾਂ ਦੇਖਿਓ
ਜਿਹੜਾ ਬਿਨਾਂ ਕਿਸੇ ਦੀ ਪੇਜ ਤੇ ਫੋਟੋ ਲੱਗੇ ਉਹ ਅਸਲੀ ਸਿੱਖਾ ਫੋਲੋਅਰ ਬਣ ਕੇ ਉਹ ਅਸਲੀ ਸਿੱਖਾ ਜਾਨੀ ਜਿਹੜੇ ਗਾਲ ਕੱਢਦੇ ਆ ਜਿਨ੍ਹਾਂ ਦੀ ਬਾਣੀ ਪੜ ਕੇ ਜਿਨ੍ਹਾਂ ਦੀ ਜਿਨ੍ਹਾਂ ਨੂੰ ਗਾਲ ਕੱਢਣੀ ਬੰਦ ਨਹੀਂ ਹੋਈ ਬਾਣੀ ਪੜ ਕੇ ਜਿਨ੍ਹਾਂ ਫੈਮਿਲੀ ਵਾਲੇ ਬੰਦੇ ਆ ਪਰਿਵਾਰਾਂ ਦੀ ਫੋਟੋਆਂ ਲੱਗੀਆਂ ਤੁਹਾਡੇ ਜਵਾਕ ਨਾਲ ਉਹਨਾਂ ਦੇ ਸਿਰ ਤੇ ਸਿੱਖੀ ਆ ਓ ਮਾਈ ਗੋਡ ਤੇ ਉਹ ਐਜੀ ਚੀਜ਼ ਲਿਖ ਰਹੇ ਨੇ ਅੱਜ ਉਹ ਗੁੰਡਾਗਰਦੀ ਨੂੰ ਬੜਾਵਾ ਦੇ ਰਹੇ ਆ ਤੇ ਕੱਲ ਨੂੰ ਉਹਨਾਂ ਦੇ ਬੱਚਿਆਂ ਦਾ ਵੀ ਨੰਬਰ ਲੱਗਣਾ ਉਹ ਵੀ ਸਮਾਜ ਚ ਉੱਠਣਗੇ ਆ ਯੂਟਿਊਬ ਜਾਂ ਤਾਂ ਇਹਨਾਂ ਵਰਗੀਆਂ ਭੇਟਾਂ ਬੰਨਣਗੀਆਂ ਉਹ ਇਹ ਚੀਜ਼ ਤੋਂ ਫੈਮਿਲੀਅਰ ਹੋਣਗੇ ਜਿਵੇਂ ਮੈਂ ਟਿਕਟੌਕ ਦੇਖਦੀ ਸੀ ਜਿਵੇਂ ਇੱਕੋ ਕੁੜੀ ਨੇ ਪਾਇਆ ਹਾਲਾਂਕਿ ਉਹ ਉਹਦਾ ਕੋਈ ਲੈਣ ਦੇਣ ਨਹੀਂ ਨਾ ਕੋਈ ਧਾਰਮਿਕ ਨਾ ਕੁਛ ਉਹ ਤਾਂ ਆਪਦੇ ਹੀ ਗਾਣਿਆਂ ਦੀ ਵੀਡੀਓ ਪਾਉਂਦੀ ਆ ਰੋਜ਼ ਮਾੜੀ ਜਿਹੀ ਐਕਟਿੰਗ ਕਰਕੇ ਅਗਲੀ ਦਾ ਸ਼ੌਂਕ ਆ ਪਾਉਂਦੀ ਆ ਉਹ ਕਹਿੰਦੀ ਮੇਰੀ ਅਡਲਟਰੀ ਕਰਦੀ ਮੇਰੀ ਫੋਟੋ ਨੂੰ ਗਲਤ ਬਣਾ ਕੇ ਇੰਟਰਨੈਟ ਤੇ ਚਾੜਤਾ ਨੰਗੀ ਫੋਟੋ ਬਣਾਤੀ ਉਹਦੀ ਤੇ ਕਹਿੰਦੀ ਹੁਣ ਮੇਰੇ ਮੈਂ ਆਪਦੀ ਮੰਮੀ ਨੂੰ ਦੱਸਿਆ ਆਪਦੇ ਬ੍ਰਦਰ ਨੂੰ ਦੱਸਿਆ ਪਰ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਤੈਨੂੰ ਡਰਨ ਦੀ ਲੋੜ ਨਹੀਂ ਕਿ ਗਲਤ ਉਹ ਬੰਦੇ ਆ ਤੂੰ ਨਹੀਂ ਗਲਤ ਹਾਂ ਇਹ ਸਿੱਖਾਂ ਦੇ ਪੇਜ ਚੱਲਦੇ ਆ ਜਿਨ੍ਹਾਂ ਨੇ ਸਿੱਖੀ ਯਾਨੀ ਤਾਂ ਲੈ ਕੇ ਜਾਣੀ ਹੈ ਪੂਰੀ ਸਿੱਖੀ ਨਹੀਂ ਉਹ ਸਿੱਖਾਂ ਦੇ ਵੀ ਨਹੀਂਗੇ ਮੈਂ ਉਹਨਾਂ ਨੂੰ ਪਹਿਲੇ ਦਿਨ ਤੋਂ ਨਹੀਂ ਮੰਨਦੀ ਪਰ ਮੈਂ ਤਾਂ ਮਨਾ ਕੇ ਹਟੂੰਗਾ ਸਿੱਖਾਂ ਨੂੰ ਵੀ ਇਹ ਤੁਹਾਡੇ ਪੇਜ ਆ ਜ਼ਿਆਦਾ ਜ਼ਿਆਦਾ ਸਿੱਖ ਕਹਿ ਦੇਣ ਫਿਰ ਵੀ ਸਾਡੇ ਨਹੀਂਗੇ ਨਹੀਂ ਪਤਾ ਕੀ ਹਾਂ ਗੱਲ ਤੁਹਾਡੀ ਸਹੀ ਹੈ ਜੇ ਆ ਪੇਜ ਉਹਨਾਂ ਦੇ ਨਹੀਂਗੇ ਆਪਣੇ ਅਮਰਤਧਾਰੀ ਬੰਦੇ ਫੈਮਿਲੀ ਵਾਲੇ ਬੰਦੇ ਉੱਥੇ ਕਮੈਂਟ ਕਰ ਰਹੇ ਆ ਜਾ ਕੇ ਇਹ ਅੱਜ ਸਾਡਾ ਮਸਲਾ ਨਹੀਂ ਇਹ ਕੱਲ ਨੂੰ ਜਿਨ੍ਹਾਂ ਨੂੰ ਤੁਸੀਂ ਗੋਦੀ ਚੱਕ ਜਾ ਫੋਟੋਆਂ ਖਿਚਾ ਰਹੇ ਹੋ ਉਹਨਾਂ ਨੂੰ ਵੀ ਆਹੀ ਪੇਜ ਤੇ ਉਹਨਾਂ ਦੀ ਵੀ ਵੀਡੀਓ ਮਿਲੂਗੀ ਕਿੰਨਾ ਕੁ ਕੰਟਰੋਲ ਕਰ ਲੋਗੇ ਉਹ ਕਹਿੰਦੇ ਜਿਹੜੀ ਗੱਲ ਤੇ ਬੋਲੋ ਸਹੀ ਚਾਹੇ ਤੁਸੀਂ ਕੋਈ ਗਾਣਿਆਂ ਦੀ ਗੱਲ ਕਰੋਗੇ ਕੁੜੀ ਤਾਂ ਆਪਦੇ ਗਾਣਿਆਂ ਦੀ ਫੋਟੋ ਪਾਉਂਦੀ ਹੈ ਇਹ ਚ ਕੀ ਮਾੜੀ ਗੱਲ ਆ ਵੀ ਜੇ ਐਕਟਿੰਗ ਕਰਦੀ ਉਹਦੇ ਕੀੜਾ ਹੈਗਾ ਜੇ ਤੁਸੀਂ ਤੁਹਾਡੇ ਮਗਰ ਸਿੰਘ ਕੌਰ ਲੱਗਦਾ ਕੋਈ ਤੁਸੀਂ ਪੰਜਾਬ ਦੇ ਵਿੱਚ ਜਨਮ ਲਿਆ ਫੇਰ ਨਹੀਂ ਗਾਣਾ ਗਾ ਸਕਦੇ ਨਾ ਤੁਸੀਂ ਡਾਂਸ ਕਰ ਸਕਦੇ ਨਾ ਕੁਛ ਨਹੀਂ ਕਰ ਸਕਦੇ ਮਤਲਬ ਇਹ ਕੋਈ ਕਰਨਾ ਕੀ ਹੈ ਇਕੱਲਾ ਗੱਤਕਾ ਖੇਡਣਾ ਦੈਟਸ ਇਟ ਇਹੀ ਹੈ ਕੰਮ ਨਹੀਂ ਉਹ ਚ ਵੀ ਕਹਿ ਦੇਣਗੇ ਕਿ ਇਹ ਵੀ ਨਹੀਂ ਖੇਲਣਾ ਮੈਂ ਤੁਹਾਨੂੰ ਦੱਸੀ ਜਾਂਦੀ ਆ ਇਹਨਾਂ ਦਾ ਕੋਈ ਹੈ ਹੀ ਨਹੀਂ ਗਾ ਦੀਨ ਧਰਮ ਹੀ ਨਹੀਂਗਾ ਨਹੀਂ ਨਹੀਂ ਇਕੱਲਾ ਗੱਤਕਾ ਵਾ ਹੋਰ ਕੁਛ ਨਹੀਂਗਾ ਨਹੀਂ ਮੈਨੂੰ ਪੇਜ ਚਲਾਉਣ ਵਾਲੇ ਤੋਂ ਕੋਈ ਪ੍ਰੋਬਲਮ ਨਹੀਂਗੀ ਜੀ ਸੱਦ ਕੇ ਐ ਫੇਕ ਨਕਲੀ ਕੁਛ ਮਰਜ਼ੀ ਕਰੇ ਮੈਨੂੰ ਤਾਂ ਇਹ ਜਿਹੜੇ ਕਮੈਂਟ ਕਰ ਰਹੇ ਆ ਉਹਦੇ ਵਿੱਚ ਉਹਨਾਂ ਦੇ ਰੀਅਲ ਉੱਥੇ ਸਾਰਾ ਕੁਛ ਆ ਉਹ ਕਿਹੜੇ ਬੇਸ ਤੇ ਅਜਿਹੀਆਂ ਚੀਜ਼ਾਂ ਲਿਖ ਰਹੇ ਆ ਉਹਦੇ ਵਿੱਚ ਮੈਂ ਭਾਈ ਦੁਬਾਰੇ ਫੇਰ ਦੱਸਦਾ ਬਈ ਭਾਈ ਮੈਂ ਤੁਹਾਨੂੰ ਕਿਸੇ ਨੂੰ ਵੀ ਪੁੱਛਿਆ ਨਹੀਂ ਸਲਾਹ ਨਹੀਂ ਮੰਗੀ ਵੀ ਮੈਂ ਨਾ ਬਦਲਣਾ ਹੈ ਨਾਲੇ ਨਾ ਬਦਲੂਗਾ ਜਦੋਂ ਉਹ ਵੀ ਮੇਰੀ ਮਰਜ਼ੀ ਹੋ ਮੈਂ ਬਦਲਾ ਨਾ ਬਦਲਾ ਮੈਂ ਤੁਹਾਨੂੰ ਦੱਸਿਆ ਬਈ ਜੇ ਸਿੱਖ ਧਰਮ ਦਾ ਇਹ ਅਸੂਲ ਆ ਬਈ ਜੇ ਕੋਈ ਕੁਐਸਚਨ ਉਠਾਉਂਦਾ ਧਰਮ ਦੇ ਉੱਤੇ ਠੀਕ ਆ ਤਾਂ ਉਹਦਾ ਗਾਟਾ ਲਾ ਦਿਓ ਉਹਦਾ ਸੋਧਾ ਲਾ ਦਿਓ ਉਹਨੂੰ ਮਾਰ ਦਿਓ ਜੇ ਇਹ ਅਸੂਲ ਆ ਤੁਸੀਂ ਸਿੱਖ ਮੰਨਦੇ ਆ ਠੀਕ ਆ ਤਾਂ ਭਾਈ ਅਸੀਂ ਹਟੇ ਅਸੀਂ ਫਿਰ ਧਰਮ ਧਰਮ ਅਸੀਂ ਨਹੀਂ ਖੇਡਣਾ ਅਸੀਂ ਹਟੇ ਸਿੱਧੀ ਗੱਲ ਆ ਫਿਰ ਸਾਨੂੰ ਕੋਈ ਇਹ ਧਰਮ ਧਰਮ ਇਹੋ ਜਿਹਾ ਖੇਡਾਂ ਦੀ ਸ਼ੌਂਕ ਨਾ ਇਹ 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 ਤੁਸੀਂ ਆਪਦੀਆਂ ਖੇਡੋ ਜੇ ਬੰਦੇ ਮਾਰਨ ਵਾਲਾ ਜਿਹੜਾ ਤੁਸੀਂ ਖੇਡਣਾ ਨਾ ਕੰਮ ਇਹ ਖੇਡੋ ਤਾਂ ਤੁਹਾਨੂੰ ਉਹ ਦੱਸਿਆ ਸੀ ਵੀ ਭਾਈ ਜੇ ਫਿਰ ਤੁਸੀਂ ਕਹੋਗੇ ਵੀ ਤੂੰ ਸਿੰਘ ਬਰਾੜ ਲਿਖਿਆ ਹੋਇਆ ਤਾਂ ਉਹ ਵੀ ਛੱਡਿਆ ਹਾਂ ਤਾਂ ਅਸੀਂ ਤੁਹਾਡੇ ਪਾਬੰਦ ਨਹੀਂ ਨਾ ਤੁਹਾਡੇ ਧਰਮ ਦੇ ਨਾ ਤੁਹਾਡੇ ਗੋਤਾਂ ਦੇ ਨਾ ਤੁਹਾਡੇ ਸਿੰਘਾਂ ਦੇ ਨਾ ਤੁਹਾਡੇ ਕੌਰਾਂ ਦੇ ਹਾਂ ਅਸੀਂ ਆਜ਼ਾਦ ਬੰਦੇ ਹਾਂ ਅਸੀਂ ਉਹਦੀ ਮਰਜ਼ੀ ਕਰਨੀ ਹੈ ਸਿੱਧੀ ਗੱਲ ਤਾਂ ਇਹ ਆ ਠੀਕ ਆ ਹੁਣ ਨੰਬਰ 2 ਪੁਆਇੰਟ ਜਦੋਂ ਕੋਈ ਬੰਦਾ ਸਿੱਖੀ ਦੇ ਵਿੱਚ ਦਾਖਲ ਹੁੰਦਾ ਇੱਕ ਉਹ ਹੈਗਾ ਨਾ ਆਇਆ ਹੋਇਆ ਦਰਬਾਰ ਸਾਹਿਬ ਅੰਮ੍ਰਿਤਸਰ ਆਪਾਂ ਕਹਿ ਦਈਏ ਜਾਣੀ ਹਰਿਮੰਦਰ ਸਾਹਿਬ ਕਹਿ ਲਓ ਜਿਹੜਾ ਵੀ ਇਹ ਨਾਂ ਲੈਣਾ ਦਰਬਾਰ ਸਾਹਿਬ ਕਹਿ ਲਈ ਉੱਥੇ ਪਿੱਛੇ ਜੇ ਮਸ਼ਹੂਰ ਹੋਈ ਸੀ ਇੱਕ ਵੀਡੀਓ ਇੱਕ ਕੋਈ ਕ੍ਰਿਸਚਨ ਮੁੰਡਾ ਵਾ ਜਾਣੀ ਹਨਾ ਆਹੋ ਉਹ ਮਸੀਹ ਧਰਮ ਦੇ ਵਿੱਚੋਂ ਆਇਆ ਕਨਵਰਟ ਹੋ ਗਏ ਉਹਨੂੰ ਪੂਰਾ ਚੱਕਿਆ ਹੋਇਆ ਉਹ ਕਹਿੰਦਾ ਵਾਹ 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 ਕਹਿੰਦਾ ਲੰਗਰ ਹੀ ਲੰਗਰ ਜਾਣੀ ਹੈ ਗੁਰੂ ਸਾਹਿਬ ਦਾ ਕਹਿੰਦਾ ਸਾਰੀ ਦੁਨੀਆ ਭੁੱਖੀ ਮਾਰਦੀ ਸੀ ਲੋਕਡਾਊਨ ਸੀ ਕਰੋਨੇ ਚ ਕਹਿੰਦਾ ਇੱਥੇ ਲੰਗਰ ਹੀ ਲੰਗਰ ਚੱਲ ਰਿਹਾ ਹਨਾ ਹੁਣ ਲੰਗਰ ਨੂੰ ਦੇਖ ਕੇ ਆ ਗਿਆ ਉਹਨੂੰ ਕਿਸੇ ਨੇ ਦੱਸਿਆ ਵੀ ਭਾਈ ਕੱਲ ਨੂੰ ਜੇ ਤੂੰ ਲੰਗ ਸਿੱਖ ਧਰਮ ਦੇ ਵਿੱਚ ਸ਼ਾਮਿਲ ਤਾਂ ਹੋ ਗਿਆ ਜੇ ਕੋਈ ਤੇਰਾ ਕੁਐਸਚਨ ਉੱਠਿਆ ਕਿ ਇਹ ਚੀਜ਼ ਆਈ ਕਿਵੇਂ ਹਾਂ ਤੇ ਤੂੰ ਤਿਆਰ ਰਹਿ ਹਾਂ ਜੇ ਤੂੰ ਕੁਐਸਚਨ ਤੇਰੇ ਉੱਠਿਆ ਜਾਂ ਕਿਸੇ ਨੇ ਉਠਾਇਆ ਤਾਂ ਤੂੰ ਜਾ ਕੇ ਭਾਈ ਉਹਦਾ ਗਾਟਾ ਲਾਉਣਾ ਉਹਦਾ ਸੋਧਾ ਲਾਉਣਾ ਇਹ ਅਸੂਲ ਆ ਜੇ ਤੇਰੇ ਉੱਠਿਆ ਤਾਂ ਤੇਰਾ ਗਾਟਾ ਲਾਵਾਂਗੇ ਸਵਾਲ ਨੀ ਉਠਾਉਣਾ ਲੰਗਰ ਦੇਖ ਕੇ ਜਿੰਨਾ ਮਰਜ਼ੀ ਜੀ ਸੱਦ ਕੇ ਆਓ ਕੋਈ ਚੱਕਰ ਨੀ ਸਾਰੀ ਦੁਨੀਆਂ ਆਓ ਪਰ ਜੇ ਕਹਿੰਦੇ ਸਵਾਲ ਉਠਾਤਾ ਧਰਮ ਤੇ ਵੀ ਉਹਦਾ ਅਸੀਂ ਕਤਲੇਆਮ ਕਰਨਾ ਹੀ ਕਰਨਾ ਭਾਈ ਇਹ ਅਸੂਲ ਆ ਹੁਣ ਜਦੋਂ ਤੁਸੀਂ ਅੰਮ੍ਰਿਤ ਛਕਾਉਂਦੇ ਆ ਉਦੋਂ ਵੀ ਇਹ ਗੱਲ ਕਲੀਅਰ ਕਰੋ ਹੁਣ ਮੰਨ ਲਓ ਕਿਸੇ ਗੋਰੇ ਨੇ ਅੰਮ੍ਰਿਤ ਛਕਣਾ ਤੁਸੀਂ ਉੱਥੇ ਮੂਹਰੇ ਪਹਿਲੇ ਨੰਬਰ ਤੇ ਪਾਲਿਸੀ ਆਪਦੀ ਰੱਖੋ ਬਈ ਭਾਈ ਅੰਮ੍ਰਿਤ ਫੇਰ ਛਕੀ ਠੀਕ ਆ ਸਿੱਖ ਧਰਮ ਦੇ ਵਿੱਚ ਭਾਈ ਗੋਰਾ ਗੋਰੀ ਕਾਲਾ ਕਾਲੀ ਚੀਨਾ ਮੀਨਾ ਜਿਹਨੇ ਵੀ ਆਉਣਾ ਭਾਈ ਫੇਰ ਆਇਓ ਠੀਕ ਆ ਲੰਗਰ ਦੇਖ ਕੇ ਤੁਸੀਂ ਆ ਤਾਂ ਜਾਂਦੇ ਆ ਸੇਵਾ ਸਿਮਰਨ ਦੇਖ ਕੇ ਆ ਤਾਂ ਜਾਂਦੇ ਆ ਪਰ ਇੱਕ ਸਾਡਾ ਮੇਨ ਪੁਆਇੰਟ ਇਹ ਆ ਵੀ ਜੇ ਕੋਈ ਬੰਦਾ ਧਰਮ ਤੇ ਕੁਐਸਚਨ ਉਠਾਊ ਸਿੱਖ ਧਰਮ ਤੇ ਜਾਂ ਤੁਹਾਡੇ ਆਪਦੇ ਆਵੇ ਜਾਂ ਕੋਈ ਬਾਹਰਲਾ ਬੰਦਾ ਉਠਾਵੇ
ਠੀਕ ਆ ਜਾਂ ਧਰਮ ਦੇ ਵਿੱਚੋਂ ਕੋਈ ਉਠਾਵੇ ਤਾਂ ਤੁਸੀਂ ਕਿਰਪਾਨ ਲੈ ਕੇ ਜਾ ਕੇ ਵਾਇਲੈਂਸ ਨੂੰ ਤਿਆਰ ਹੋ ਹਾਂ ਤੁਸੀਂ ਉਹਦਾ ਲਾਉਣਾ ਹੀ ਲਾਉਣਾ ਗਾਟਾ ਅਦਰਵਾਈਜ਼ ਯੂ ਆਰ ਨਾਟ ਏ ਰੀਅਲ ਸਿੱਖ ਗੋਰਿਆਂ ਨੂੰ ਸਮਝਾਓ ਅਦਰਵਾਈਜ਼ ਯੂ ਵਿਲ ਬੀ ਨਾਟ ਏ ਰੀਅਲ ਸਿੱਖ ਰੀਅਲ ਸਿੱਖ ਉਹੀ ਆ ਜਿਹੜੇ ਜਾ ਕੇ ਬੰਦਾ ਮਾਰਨਗੇ ਤੁਸੀਂ ਇਹ ਪੁਆਇੰਟ ਹਾਈਲਾਈਟ ਕਰੋ ਆਪਣੇ ਮੇਨ ਜਿਹੜੇ ਸਿੱਖ ਆ ਕਿਹੜੇ ਆ ਆਪਣਾ ਇੱਥੇ ਕੈਨੇਡੀਅਨ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਪਗੜੀਧਾਰੀ ਸਿੱਖ ਆ ਦਸਤਾਰਧਾਰੀ ਸਿੱਖ ਆ ਉਹ ਪੂਰਾ ਹਾਈਲਾਈਟਡ ਮੇਨ ਸਿੱਖ ਆ ਹਨਾ ਦੂਜਾ ਹੈਗਾ ਐਨ ਡੀ ਪੀ ਨਿਊ ਡੈਮੋਕ੍ਰੇਟਿਵ ਜਿਹੜੀ ਹੈਗੀ ਆ ਪਾਰਟੀ ਕੈਨੇਡਾ ਦੀ ਜਗਮੀਤ ਸਿੰਘ ਉਹ ਵੀ ਅੰਮ੍ਰਿਤਧਾਰੀ ਸਿੱਖ ਆ ਉਹ ਵੀ ਕਿਰਪਾਨ ਗਾਤਰਾ ਪਾਉਂਦਾ ਠੀਕ ਆ ਪੱਗ ਬੰਨਦਾ ਤੀਜਾ ਹੈਗਾ ਰਵੀ ਸਿੰਘ ਜਾਣੀ ਖਾਲਸਾ ਏਡ ਵਾਲਾ ਇਹ ਤਿੰਨ ਮੇਨ ਆਪਾਂ ਮੰਨ ਲਈ ਉਹਦਾ ਹੋਰ ਵੀ ਹੋਏਗਾ ਪਰ ਤਿੰਨਾਂ ਨੂੰ ਆਪਾਂ ਮੇਨ ਲਾ ਲਈ ਵੀ ਇਹ ਪੂਰੇ ਹਾਈਲਾਈਟਡ ਸਿੱਖ ਆ ਜਾਣੀ ਸਾਰੀ ਦੁਨੀਆਂ ਇਹਨਾਂ ਨੂੰ ਜਾਣਦੀ ਆ ਇਹ ਆਪਦੇ ਆਪਦੇ ਪਾਰਲੀਮੈਂਟ ਦੇ ਵਿੱਚ ਆਪਦੇ ਆਪਦੇ ਜਿਹੜੇ ਮਿਨਿਸਟਰ ਆ ਇਹਨਾਂ ਦੇ ਇੰਗਲੈਂਡ ਦੇ ਉਹਦਾ ਰਵੀ ਸਿੰਘ ਦਾ ਇੰਗਲੈਂਡ ਵਾਲਾ ਜਿਹੜਾ ਹੈਗਾ ਬੋਰਸਨ ਜੌਨਸਨ ਬੋਰਸਨ ਹੈ ਨਾ ਜਿਹੜਾ ਹੈਗਾ ਹਾਂ ਬੋਰਿਸ ਜੌਨਸਨ ਉਹਦੇ ਸਾਹਮਣੇ ਇਹ ਗੱਲ ਕਹਿ ਦੇਵੇ ਬਈ ਸਾਡਾ ਭਾਈ ਇਹ ਕੱਲਾ ਸੇਵਾ ਤੇ ਇਹ ਨੀਗਾ ਲੰਗਰ ਇਹ ਸਾਡਾ ਨਾਲ ਆ ਵੀ ਆ ਨਾਲ ਸਾਡਾ ਸੋਧਾ ਲਾਉਣ ਵਾਲਾ ਗਾਟਾ ਲਾਉਣ ਵਾਲਾ ਇਹ ਵੀ ਪਾਰਟ ਆ ਇਹ ਵੀ ਅਸੀਂ ਪ੍ਰਮੋਟ ਕਰਨਾ ਚਾਹੁੰਦੇ ਹਾਂ ਇੰਗਲੈਂਡ ਦੇ ਵਿੱਚ ਵੀ ਜਿਹਨੇ ਸਿੱਖ ਬਣਨਾ ਵੀਅਰ ਦੀਸ ਇਫ ਐਨੀਬਡੀ ਰੇਜ਼ ਦਾ ਕੁਐਸਚਨ ਇਨ ਅਵਰ ਰਿਲੀਜਨ ਵੀ ਗੋਨਾ ਕਿਲ ਹਿਮ ਠੀਕ ਆ ਜਗਮੀਤ ਸਿੰਘ ਇਹ ਪ੍ਰਚਾਰ ਕਰ ਦੇਵੇ ਹਰਜੀਤ ਸੱਜਣ ਕਰ ਦੇਵੇ ਇਹ ਮੇਨ ਤਿੰਨ ਸਿੱਖ ਆ ਸਾਰੀ ਦੁਨੀਆ ਮੰਨ ਲੂਗੀ ਸਾਰੀ ਦੁਨੀਆਂ ਨੂੰ ਪਤਾ ਲੱਗ ਜੂ ਠੀਕ ਆ ਅਕਾਲ ਤਖ਼ਤ ਤੋਂ ਜਿਹੜਾ ਜਥੇਦਾਰ ਆ ਉਹ ਇਹ ਪ੍ਰਚਾਰ ਕਰ ਦੇਵੇ ਲੈ ਹੁਣ ਮੈਂ ਚਾਰ ਮੇਨ ਬੰਦੇ ਤੁਹਾਨੂੰ ਗਿਣਾਤੇ ਜਿੱਦਣ ਇਹ ਪ੍ਰਚਾਰ ਕਰ ਦੇਣਗੇ ਬਈ ਬੰਦਾ ਜਾ ਕੇ ਮਾਰ ਦੇਣਾ ਚਾਹੀਦਾ ਆਪਾਂ ਉਦਣ ਹੀ ਬਾਈ ਏਡੇ ਏਡੇ ਦਾੜੇ ਵੱਡੇ ਵੱਡੇ ਮੈਂ ਫੋਟੋ ਪਾਈ ਵੀ ਸੀਗੀ ਕਮੈਂਟ ਦੇ ਵਿੱਚ ਐਡਾ ਦਾੜਾ ਸੀ ਮੇਰਾ ਤਾਂ ਉਹਦੀ ਤਾਂ ਮੈਂ ਉੱਚੀ ਪੱਗ ਬੰਨ ਲੂ ਇਹ ਜਿਹੀ ਵੱਡੀ ਸ੍ਰੀ ਸਾਹਿਬ ਪਾ ਲੂ ਇਹ ਤਾਂ ਨਜ਼ਾਰਾ ਹੀ ਆ ਫਿਰ ਥੋੜਾ ਮੈਂ ਤੁਹਾਡੇ ਵਰਗਿਆਂ ਨੂੰ ਬੋਲਣ ਦੇਣਾ ਮੈਂ ਤਾਂ ਜਾ ਕੇ ਗੱਟ ਹੀ ਲਾਉਂਦਾ ਫਿਰੂ ਮੈਂ ਤਾਂ ਦੁਨੀਆਂ ਦੇ ਮੈਂ ਕਿਹੜਾ ਕਿਸੇ ਨੂੰ ਪ੍ਰੂਵ ਕਰਨਾ ਗੱਲ ਵੀ ਸਹੀ ਨਾ ਪ੍ਰੂਵ ਹੋਣੀ ਹੈ ਇਹ ਗੱਲ ਕਹਾਂਗੇ ਰਿਲੀਜਨ ਦਾ ਇਹ ਤਾਂ ਰੌਲਾ ਭਾਈ ਅਸੀਂ ਤਾਂ ਮਾਰਤਾ ਬੰਦਾ ਇਹ ਚ ਕੀ ਵੱਡੀ ਗੱਲ ਪਤਾ ਕੀ ਜਿਹੜੇ ਮੇਨ ਤਾਂ ਜਿਹੜੇ ਹੈਗਾ ਸਮਾਜ ਚੱਲ ਰਿਹਾ ਇਹ ਨਕਲੀ ਪੇਜ ਹਨਾ ਜਿਹੜਾ ਵੀ ਆਉਂਦਾ ਚਾਹੇ ਆਪਾਂ ਨੂੰ ਵੀ ਰਿਕੁਐਸਟ ਆਉਂਦੀ ਆ ਨਕਲੀ ਪੇਜ ਆਪਾਂ ਦੇਖਦੇ ਆ ਜੁਆਇਨ ਕਰੋ ਪਹਿਲੀ ਗੱਲ ਤਾਂ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਪੇਜ ਆ ਜਿਹੜੇ ਭੜਕਾ ਰਹੇ ਆ ਛੋਟੀ ਉਮਰ ਦੇ ਜਵਾਕਾਂ ਨੂੰ ਕੋਈ ਕਿਉਂਕਿ ਮੈਂ ਇੰਨੀ ਜ਼ਿਆਦਾ ਧਾਰਮਿਕ ਇੰਨਾ ਧਰਮ ਦੇ ਨਾਲ ਮੈਂ ਬਹੁਤ ਜੁੜੀ ਹੋਈ ਸੀ ਹੈਗੀ ਆ ਪਰ ਹੁਣ ਜਣੀ ਜਦ ਐਜਾ ਕੁਛ ਦੇਖਦੀ ਆ ਫਿਰ ਮਨ ਜਿਹਾ ਥੋੜਾ ਹੁੰਦਾ ਕਿ ਯਾਰ ਕੀ ਆ ਹਨਾ ਕਿਉਂਕਿ ਮੈਂ ਹਮੇਸ਼ਾ ਉਵੇਂ ਕਿ ਆਪਣਾ ਧਰਮ ਬਹੁਤ ਵਧੀਆ ਆਰਾਮ ਨਾਲ ਖੁੱਲ੍ਹਾ ਸਾਰਿਆਂ ਨੂੰ ਇਨਸਾਨ ਨੂੰ ਇਨਸਾਨ ਸਮਝਦੇ ਆ ਪਰ ਹੁਣ ਕੁਛ ਜਿਹੜੇ ਹੋਗੇ ਆ ਇੰਟਰਨੈਟ ਆਇਆ ਹਨਾ ਹੁਣੇ ਕੰਮ ਖਰਾਬ ਹੋਇਆ ਇਦੋਂ ਪਹਿਲਾਂ ਤਾਂ ਵਧੀਆ ਸੀ ਮੇਬੀ ਹੋਵੇ ਪਹਿਲਾਂ ਇਹ ਵੀਡੀਓ ਆਉਂਦੀਆਂ ਨਹੀਂ ਸੀ ਪਹਿਲਾਂ ਵੀ ਪੁਰਾਣੇ ਲੋਕ ਗੱਲਾਂ ਦਾ ਕਰ ਰਹੇ ਆ ਨਹੀਂ ਕਰਦੇ ਨੀਗੇ ਪਰ ਹੁਣ ਇਹ ਵੀ ਮਤਲਬ ਆਪਣਾ ਬਾਹ ਪੈ ਗਿਆ ਆਪਾਂ ਇਹ ਕਹਿ ਸਕਦੇ ਆ ਆਪਣਾ ਬਾਹ ਪਿਆ ਆਪਣਾ ਤਾਂ ਫੇਸਬੁੱਕ ਦੇ ਨਾਲ ਇੰਟਰਨੈਟ ਨਾਲ ਇੰਨਾ ਜਣੀ ਬੁਰੀ ਤਰ੍ਹਾਂ ਬਾਹ ਪੈ ਰਿਹਾ ਤੇ ਜਣੀ ਕਹਿ ਲੋ ਬਈ ਇਹ ਮਤਲਬ ਖਰਾਬ ਕਰ ਰਹੇ ਜਿਹੜੇ ਮੈਂ ਤਾਂ ਇਹ ਕਹਿੰਦੀ ਆ ਜਿਹੜੇ ਸਿਆਣੇ ਬਿਆਣੇ ਲੋਕ ਜਿਹੜੇ ਉਹ ਚ ਮੈਸੇਜ ਕਰਕੇ ਜਾਂਦੇ ਆ ਪੱਗਾਂ ਦਾੜੀਆਂ ਵਾਲੇ ਅਮਰਤ ਛਕਿਆ ਸਾਰੇ ਹੈਗੇ ਨੇ ਉਹਨੂੰ ਬਜਾਏ ਕਿ ਉਹ ਗੰਦਾ ਮੈਸੇਜ ਕਰਨ ਦੇ ਸਾਨੂੰ ਸਮਝਾ ਦੇਣ ਕਿ ਭਾਈ ਬੱਚਾ ਆਏ ਨੀ ਬੋਲੀ ਦਾ ਹੈ ਜਿਹੜਾ ਇੱਕ ਤਰੀਕਾ ਹੋਣਾ ਚਾਹੀਦਾ ਅਸੀਂ ਤਾਂ ਬਹੁਤ ਛੋਟੇ ਆ ਉਹਨਾਂ ਤੋਂ ਉਹ ਸਾਨੂੰ ਸਮਝਾ ਸਕਦੇ ਆ ਸਮਝਾਉਣ ਦੀ ਬਜਾਏ ਸਾਨੂੰ ਸਿਖਾ ਰਹੇ ਆ ਮਤਲਬ ਉਹ ਕਹਿ ਰਹੇ ਆ ਕਿ ਹਾਂ ਤੂੰ ਐ ਕਰ ਯਾਨੀ ਜਾਂ ਗਾਲਾਂ ਜਾਂ ਉਮੀਆਂ ਸਾਨੂੰ ਗਾਲਾਂ ਸਿਖਾ ਰਹੇ ਆ ਵੀ ਕੱਲ ਨੂੰ ਤੁਸੀਂ ਵੀ ਸਾਨੂੰ ਐ ਕੱਢਿਓ ਮਤਲਬ ਉਹਨਾਂ ਨੂੰ ਲੋਕਾਂ ਨੂੰ ਸਮਝਣਾ ਚਾਹੀਦਾ ਜੇ ਉਹ ਸਾਡੀ ਵੀਡੀਓ ਵੀ ਦੇਖ ਰਹੇ ਆ ਇੱਕ ਹੋਰ ਗੱਲ ਮੈਂ ਕਰਦਾ ਵੀ ਨਿੱਕੀ ਜੀ ਇੱਕ ਤੁਹਾਡੀ ਇੱਕ ਹੋਰ ਗੱਲ ਕਰ ਲਾਂ ਹੁਣ ਸਮਾਜ ਦੇ ਵਿੱਚ ਹੋ ਗਈ ਰਿਹਾ ਕਹਿੰਦੇ ਤੁਸੀਂ ਕਿਸੇ ਵਿਸ਼ੇ ਤੇ ਨਹੀਂ ਬੋਲ ਸਕਦੇ ਕਿਸੇ ਤੇ ਵੀ ਨਾ ਨਾ ਉਹ ਤਾਂ ਕਹਿੰਦੇ ਤੁਸੀਂ ਹੱਸ ਖੇਡ ਨਹੀਂ ਸਕਦੇ ਇੱਕੋ ਹੀ ਵਿਸ਼ਾ ਰਹਿ ਗਿਆ ਜਾਨੀ ਜਿਹੜਾ ਇੰਟਰਨੈਟ ਤੇ ਤੁਸੀਂ ਕਰ ਸਕਦੇ ਇੱਕੋ ਹੀ ਕਿਹੜਾ ਬਸ ਗਾਲਾਂ ਕੱਢ ਸਕਦੇ ਤੁਸੀਂ ਉਹਦੀ ਪੂਰੀ ਆਜ਼ਾਦੀ ਆ ਮਾਂ ਭੈਣ ਜੀ ਦੀ ਮਰਜ਼ੀ ਕਰ ਦਿਓ ਕਮੈਂਟਾਂ ਦੇ ਵਿੱਚ ਜਾ ਕੇ ਲਾਈਵ ਵੀਡੀਓ ਬਣਾ ਕੇ ਕੁਛ ਕਰ ਲਓ ਉਹਦੇ ਨਾ ਤਾਂ ਕੋਈ ਧਰਮ ਰੋਕਦਾ ਨਾ ਕੋਈ ਸਮਾਜ ਰੋਕਦਾ ਨਾ ਕੋਈ ਗੌਰਮੈਂਟਾਂ ਰੋਕਦੀ ਗਾਲਾਂ ਜਿੰਨੀਆਂ ਮਰਜ਼ੀ ਕੱਢ ਲਓ ਉਹ ਉਹਨਾਂ ਦੀ ਆਜ਼ਾਦੀ ਆ ਹੋਰ ਨਹੀਂ ਤੁਸੀਂ ਕੋਈ ਚੱਜ ਦੀ ਗੱਲ ਚੱਜ ਦੀ ਗੱਲ ਨਹੀਂ ਕਰ ਜੇ ਜਿਹੜਾ ਸਮਾਜ ਨੂੰ ਇੱਕ ਸਹੀ ਦਿਸ਼ਾ ਚ ਲੈ ਕੇ ਜਾ ਰਿਹਾ ਉਹ ਨਹੀਂ ਤੁਸੀਂ ਗੱਲ ਕਰ ਸਕਦੇ ਹੋਰ ਪਕਾਈ ਬਾ ਗਾਲਾਂ ਹੀ ਰਹਿ ਗਈਆਂ ਇਹ ਕੱਢੀ ਚਲੋ ਹਾਂ ਬਸ ਤੇ ਆਪਾਂ ਵੀ ਆਹੀ ਕਰ ਲੈਣੇ ਗਾਲਾਂ ਹੀ ਕੱਢੀ ਜਾਇਆ ਕਰ ਰਹੀ ਥੋੜੀ ਥੋੜੀ ਮਾਰੀ ਚੂਰਮ ਦੀ ਫੈਕਟਰੀ ਥੋੜੀ ਦੀ ਹਾਂ ਆਹੋ ਫਿਰ
ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ ਕਿਸੇ ਦਿਨ। ਚਲੋ ਜੀ ਠੀਕ ਆ ਜੀ, ਓਕੇ ਬਾਏ ਬਾਏ, ਮਿਲਦੇ ਹਾਂ, ਧੰਨਵਾਦ ਸਾਰਿਆਂ ਦਾ, ਸਤਿ ਸ੍ਰੀ ਅਕਾਲ।